ਾਰੇ ਬੱਚਿਓ ਸਸ਼ੇ ਕਾਲ ਤੋਂ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੇ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕੁਰਾਨ ਚ ਰਿਹਾ ਹਾਂ ਇਹ ਕਲਾਸ 9ਵੀਂ ਦਾ ਸਿਹਤ ਅਤੇ ਸਰੀਰਿਕ ਸਿੱਖਿਆ ਦਾ ਐਗਜ਼ਾਮ ਤੇ ਜੇ ਤੋ ਹਾਨੀ ਹਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦੋ ਨਾਲ ਕਰ ਦੋ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤਾਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਤੁਹਾਡੇ ਫਾਈਨਲ ਟਾਈਮ ਐਗਜ਼ਾਮਸ ਆ ਰਹੇ ਹਨ ਉਹਨਾਂ ਦੇ ਲਈ ਹੈ ਇਹ ਤਾਂ ਪਹਿਲਾ ਪ੍ਰਸ਼ਨ ਸਰੀਰਿਕ ਸਿੱਖਿਆ ਦਾ ਕੀ ਭਾਵ ਹੈ ਤਾਂ ਇਸ ਤੋਂ ਉੱਤਰ ਆਪਾਂ ਦੱਸਣਾ ਹੈ ਕਿ ਸਰੀਰਕ ਸਿੱਖਿਆ ਤੋਂ ਕੀ ਭਾਵ ਹੈ ਤਾਂ ਇਸ ਦਾ ਉੱਤਰ ਹੈ ਸਰੀਰਕ ਹਰਕਤਾਂ ਰਾਹੀਂ ਜੋ ਤਜਰਬੇ ਹਾਸਲ ਕਰਦੇ ਹਨ ਉਸ ਨੂੰ ਸਰੀਰਕ ਸਿੱਖਿਆ ਕਿਹਾ ਜਾਂਦਾ ਹੈ ਦੂਜਾ ਬੱਚਿਆਂ ਲਈ ਕਿਹੜੀਆਂ ਖੇਡਾਂ ਖੇਡ ਕੇ ਆਵਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਇਸ ਦਾ ਉੱਤਰ ਹੈ ਜੋ ਖੇਡਾਂ ਮਨੁੱਖ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਸਹਾਇਕ ਹੋਣ ਇਹ ਜੀ ਖੇਡਾਂ ਦਾ ਪ੍ਰਬੰਧ ਬੱਚਿਆਂ ਲਈ ਹੋਣਾ ਚਾਹੀਦਾ ਹੈ ਤੀਜਾ ਸਪੋਰਟਸਮੈਨਸ਼ਿਪ ਕੀ ਹੁੰਦੀ ਹੈ ਇਸ ਤਰ੍ਹਾਂ ਸਪੋਰਟਸਮੈਨਸ਼ਿਪ ਚੰਗੇ ਗੁਣਾਂ ਦਾ ਉਹ ਸਮੂਹ ਹੈ ਜੀਣਾ ਦਾ ਹੋਣਾ ਇੱਕ ਖਿਡਾਰੀ ਦੇ ਲਈ ਜ਼ਰੂਰੀ ਸਮਝਿਆ ਜਾਂਦਾ ਹੈ ਅੱਗੇ ਨੰਬਰ 4 ਖੇਡਾਂ ਵਿੱਚ ਕਿਸ ਧਰਮ ਦੇ ਖਿਡਾਰੀ ਭਾਗ ਲੈਂਦੇ ਹਨ ਤਾਂ ਇਸ ਦਾ ਉੱਤਰ ਹੈ ਖੇਡਾਂ ਵਿੱਚ ਸਾਰੇ ਧਰਮਾਂ ਦੇ ਖਿਡਾਰੀ ਭਾਗ ਲੈਂਦੇ ਹਨ ਅੱਗੇ ਨੰਬਰ 5 ਨਸ਼ਾ ਕਰਨ ਵਾਲੇ ਖਿਡਾਰੀ ਦੇ ਪੈਰਾਂ ਦਾ ਤਾਪਮਨ ਆਮ ਖਿਡਾਰੀ ਦੇ ਪੈਰਾਂ ਦੇ ਤਾਪਮਨ ਨਾਲੋਂ ਕਿੰਨਾ ਘੱਟ ਹੁੰਦਾ ਹੈ ਤਾਂ ਇਸ ਦਾ ਉੱਤਰ ਹੈ ਨਸ਼ੇਲੀਆ ਵਸਤੂ ਦੀ ਵਰਤੋਂ ਕਰਨ ਵਾਲੇ ਖਿਡਾਰੀ ਦੇ ਪੈਰਾਂ ਦਾ ਤਾਪਮਨ ਆਮ ਵਿਅਕਤੀ ਦੇ ਤਾਪਮਨ ਨਾਲੋਂ 1.8 ਸੈਂਟੀਗ੍ਰੇਡ ਘੱਟ ਹੁੰਦਾ ਹੈ ਅੱਗੇ ਖਾਲੀ ਥਾਂ ਪਰ 6 ਹਾਕੀ ਅਤੇ ਖੋਖੋ ਡੈਸ਼ ਦਮਾਨੇ ਦੇ ਖੇਡਾਂ ਹੁੰਦਾ ਇਸ ਤਰ੍ਹਾਂ ਨਵੇਂ ਤਲਵਾਰਬਾਜ਼ੀ ਅਤੇ 916 ਡੈਸ਼ ਦਮਾਨੇ ਦੇ ਖੇਡਾਂ ਹੁੰਦਾ ਇਸ ਤਰ੍ਹਾਂ ਪੁਰਾਣੇ ਚੰਗਾ ਸਪੋਰਟਸਮੈਨਸ਼ਿਪ ਆਪਣੇ ਦੇਸ਼ ਚੰਗਾ ਸਪੋਰਟਸਮੈਨ ਆਪਣੇ ਦੇਸ਼ ਦਾ ਡੈਸ਼ ਹੁੰਦਾ ਹੈ ਇਸ ਤਰ੍ਹਾਂ ਰਾਜਦੂਤ ਅੱਗੇ ਤੰਬਾਕੂ ਦੇ ਧੂਏ ਵਿੱਚ ਡੈਸ਼ ਹੁੰਦੇ ਹਨ ਇਸ ਤਰ੍ਹਾਂ ਕੈਮੀਕਲ 10 ਡੈਸ਼ ਦੀ ਵਰਤੋਂ ਕਾਰਨ ਵਿਅਕਤੀ ਸਾਹ ਦੇ ਰੋਗਾਂ ਦਾ ਸ਼ਿਕਾਰ ਬਣ ਜਾਂਦਾ ਹੈ ਤੇ ਸੁੱਤਰ ਤੰਬਾਕੂ। ਅਗੇ ਸਹੀ ਗਲਤ ਦੀ ਪਛਾਣ ਕਰੋ। ਉਹਨਾਂ ਦੇ ਸਾਹਮਣੇ ਸਹੀ ਗਲਤ ਲਿਖੋ। ਤਾਂ ਬਜ਼ੁਰਗਾਂ ਨੂੰ ਖੇਡਾਂ ਦਾ ਸ਼ੌਂਕ ਨਹੀਂ ਹੁੰਦਾ ਤਾਂ ਇਸਦਾ ਉੱਤਰ ਹੈ ਗਲਤ। ਕਸਰਤ ਨਾ ਕਰਨਾ ਸਰੀਰ ਲਈ ਹਾਨੀਕਾਰਕ ਹੈ ਤਾਂ ਇਸਦਾ ਉੱਤਰ ਹੈ ਸਹੀ। ਮੁੰਡਿਆਂ ਤੇ ਕੁੜੀਆਂ ਦੀਆਂ ਖੇਡਾਂ ਵਿੱਚ ਸਰੀਰਕ ਲੋਡ ਅਨੁਸਾਰ ਅੰਤਰ ਹੋਣਾ ਚਾਹੀਦਾ ਹੈ ਤੇ ਸੁੱਤਰ ਹੈ ਸਹੀ। ਮਨੁੱਖ ਨਸ਼ਿਆ ਦੀ ਵਰਤੋਂ ਆਧ ਕਾਲ ਤੋਂ ਕਰਦਾ ਆ ਰਿਹਾ ਹੈ ਤੇ ਇਸਦਾ ਉੱਤਰ ਹੈ ਗਲਤ। 15ਵਾਂ ਨਸ਼ੇ ਕਰਨ ਨਾਲ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ ਇਸਦਾ ਉੱਤਰ ਹੈ ਗਲਤ ਸਹੀ ਉੱਤਰ ਦੀ ਚੋਣ ਕਰੋ ਬਹੁ ਵਿਕਲਪੀ ਪ੍ਰਸ਼ਨ ਬੱਚੇ ਦਾ ਸਰਵਪੱਖੀ ਵਿਕਾਸ ਕਿਸ ਰਾਹੀਂ ਹੁੰਦਾ ਹੈ ਇਸਦਾ ਉੱਤਰ ਹੈ ਸਰੀਰਿਕ ਸਿੱਖਿਆ ਰਾਹੀਂ ਅੱਗੇ ਚੱਲਦੇ ਹਾਂ ਹੁਣ ਆਪਾਂ 17ਵਾਂ ਇੱਥੇ ਤੁਹਾਨੂੰ ਕਲੀਅਰ ਨਹੀਂ ਦਿਖ ਰਿਹਾ ਉਹ ਹੈਗਾ ਪਰ ਮੈਂ ਤੁਹਾਨੂੰ ਬੋਲਾਂਗਾ ਜ਼ਰੂਰ ਬੋਲ ਕੇ ਦੱਸਦਾ ਮੈਂ ਸਾਰੇ ਪ੍ਰਸ਼ਨਾਂ ਦਾ ਉੱਤਰ ਤਾਂ 17ਵਾਂ ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਕਿਹੜੀਆਂ ਹਨ ਇਸਦਾ ਉੱਤਰ ਹੈ ਨੰਬਰ 2 ਦੌੜਨਾ ਕੁੱਦਣਾ ਅੱਗੇ है प्रश्न 18 चंगे लीडर कौन ਬਣਾਉਂਦਾ ਹੈ ਤਾਂ ਇਸ ਤੋਂ ਉੱਤਰ ਹੈ ਨੰਬਰ 3 ਖੇਡਾਂ ਅੱਗੇ 19 ਵਿਹਲਾ ਮਨ ਕਿਸ ਦਾ ਕਰ ਹੁੰਦਾ ਹੈ ਤਾਂ ਇਸ ਤੋਂ ਉੱਤਰ ਹੈ ਸ਼ੈਤਾਨ ਦਾ ਪ੍ਰਸ਼ਨ 20 ਖੇਡ ਦੌਰਾਨ ਜੇਕਰ ਕੋਈ ਖਿਡਾਰੀ ਨਸ਼ੇ ਕਰਦਾ ਫੜਿਆ ਜਾਵੇ ਤਾਂ ਕੀ ਕੀਤਾ ਜਾਂਦਾ ਹੈ ਤਾਂ ਇਸ ਤੋਂ ਉੱਤਰ ਹੈ ਨੰਬਰ 4 ਉਪਰੋਕਤ ਸਾਰੇ ਯਾਨੀ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਕੀਤਾ ਜਾਂਦਾ ਹੈ ਜਿੱਤਿਆ ਇਨਾਮ ਵਾਪਸ ਲੈ ਲਿਆ ਜਾਂਦਾ ਹੈ ਅਗਾ ਖੇਡਨ ਦੀ ਪਵੰਦਿਆ ਲੱਗ ਜਾਂਦੀ ਹੈ ਹਨ ਦੋ ਅੰਕਾਂ ਵਾਲੇ ਪ੍ਰਸ਼ਨ ਤੇ ਆ ਚੁੱਕੇ ਹਾਂ ਪ੍ਰਸ਼ਨ ਨੰਬਰ 21 ਸਿੱਖਲਾਈ ਕੀ ਹੁੰਦੀ ਹੈ ਤਾਂ ਇਸ ਤਰ੍ਹਾਂ ਸਿੱਖਲਾਈ ਸ਼ਬਦ ਇੱਕ ਆਮ ਤੌਰ ਤੇ ਵਰਤਿਆ ਜਾਣ ਵਾਲਾ ਸ਼ਬਦ ਹੈ ਜਿਸ ਦਾ ਉਦੇਸ਼ ਵਿਅਕਤੀਗਤ ਮਾਨਸਿਕ ਤੇ ਬੌਧਿਕ ਕਾਰਜ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਲਿਆਉਣਾ ਹੈ ਅੱਗੇ ਚਲਦੇ ਹਾਂ ਪ੍ਰਸ਼ਨ 22 శਰੀਰਿਕ ਸਿੱਖਿਆ ਰਾਹੀਂ శਰੀਰਿਕ ਵਾਤਾਵਰਣ ਦਾ ਵਿਕਾਸ ਕਿਵੇਂ ਹੁੰਦਾ ਹੈ ਅੱਗੇ ਪ੍ਰਸ਼ਨ 3 ਹੈ ਪੁਰਾਣੇ ਸਮੇਂ ਵਿੱਚ ਕਿਹੜੇ ਖੇਡਾਂ ਖੇਡੇ ਜਾਂਦੇ ਸਨ ਅੱਗੇ ਪ੍ਰਸ਼ਨ 24 ਚੜਚੜੇ ਸੁਭਾਅ ਵਾਲਾ ਵਾਲਾ ਚੰਗਾ სპੋਰਟਸਮੈਨ ਕਿਉਂ ਨਹੀਂ ਬਣ ਸਕਦਾ ਤਾਂ ਇਸ ਦਾ ਉੱਤਰ ਹੈ ਚੜਚੜੇ ਸੁਭਾਅ ਵਾਲਾ ਵਿਅਕਤੀ ਇੱਕ ਚੰਗਾ სპੋਰਟਸਮੈਨ ਇਸ ਲਈ ਨਹੀਂ ਬਣ ਸਕਦਾ ਕਿਉਂਕਿ ਚੰਗੇ სპੋਰਟਸਮੈਨ ਵਿੱਚ ਸਹਿਨਸ਼ੀਲਤਾ ਦਾ ਗੁਣ ਹੁੰਦਾ ਹੈ ਹਾਰ ਤੇ ਜਿੱਤ ਨੂੰ ਸਵੀਕਾਰ ਕਰਦਾ ਹੈ ਤੇ ਜੇਤੂ ਖਿਡਾਰੀ ਨੂੰ ਸਨਮਾਨ ਦਿੰਦਾ ਹੈ ਅੱਗੇ ਹੈ ਪ੍ਰਸ਼ਨ 25 ਖਿਡਾਰੀ ਦੀ ਖੇਡ ਤੇ ਨਸ਼ੇਲੀਆ ਵਸਤੂਆਂ ਦੇ ਕੋਈ ਦੋ ਪ੍ਰਭਾਵ ਲਿਖੋ ਤਾਂ ਇਸ ਤਰ੍ਹਾਂ ਨਿਸ਼ਲੀ ਵਸਤੂਆਂ ਦਾ ਸੇਵਨ ਨਾਲ ਸਰੀਰਿਕ ਨਾੜੀ ਪ੍ਰਣਾਲੀ ਤੇ ਪ੍ਰਭਾਵ ਪੈਂਦਾ ਹੈ ਪਾਚਨ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਜਿਸ ਨਾਲ ਕਈ ਤਰ੍ਹਾਂ ਦੀ ਵਿਚਾਰ ਕਲਪਨਾਵਾ ਭਾਵਨਾਵਾਂ ਪੈਦਾ ਹੁੰਦੀਆਂ ਹਨ ਅੱਗੇ ਚਲਦੇ ਹਾਂ ਹੁਣ ਆਪਾਂ ਪ੍ਰਸ਼ਨ ਅ ਰੁਕ ਜਾਓ ਇਸ ਤੋਂ ਪਹਿਲਾਂ ਪ੍ਰਸ਼ਨ 22 ਦਾ ਉੱਤਰ ਨਹੀਂ ਬੋਲਿਆ ਸੀ ਸਰੀਰਿਕ ਸਿੱਖਿਆ ਵਾਲਾ ਤਾਂ ਇਸ ਤੋਂ ਕੀ ਆਵੇਗਾ ਚੰਗਾ ਸਰਲ ਤੇ ਸੁਖੀ ਜੀਵਨ ਬਤੀਤ ਕਰਨ ਲਈ ਮਜ਼ਬੂਤ ਮੋਡਲ ਤੇ ਤੰਦਰੁਸਤ ਸਰੀਰ ਦਾ ਹੋਣਾ ਅਤੀ ਜ਼ਰੂਰੀ ਹੈ ਸਾਡੇ ਸਰੀਰ ਦਾ ਨਿਰਮਾਣ ਮਜ਼ਬੂਤ ਹੱਡੀਆਂ ਨਾਲ ਹੁੰਦਾ ਹੈ ਸਰੀਰ ਦੇ ਸਾਰੇ ਅੰਗਾਂ ਦਾ ਠੀਕ ਤਰ੍ਹਾਂ ਨਾਲ ਕੰਮ ਕਰਨਾ ਵੀ ਸਰੀਰ ਦਾ ਵਿਕਾਸ ਹੈ ਅੱਗੇ ਚੱਲਦੇ ਹਾਂ ਹੁਣ ਆਪਾਂ ਪ੍ਰਸ਼ਨ 26 ਦੇ ਉੱਤੇ ਤਿੰਨ ਅੰਕਾ ਵਾਲੇ ਪ੍ਰਸ਼ਨ ਉੱਤੇ ਆ ਚੁੱਕੇ ਹਾਂ ਸਿਹਰੀ ਸਿੱਖਿਆ ਰਾਹੀਂ ਸਮਾਕੇਲ ਵਿਕਾਸ ਕਿਵੇਂ ਹੁੰਦਾ ਹੈ ਤਾਂ ਇਸ ਤਰ੍ਹਾਂ ਸਿਹਰੀ ਸਿੱਖਿਆ ਵਿਅਕਤੀ ਨੂੰ ਆਪਣੇ ਆਪ ਆਪਣੇ ਆਪਣੇ ਦੁਆਲੇ ਦੇ ਲੋਕਾਂ ਦੇ ਚੰਗੀ ਭਾਵਨਾ ਨਾਲ ਅ ਰਹਿਨ ਦੀ ਸਿੱਖਿਆ ਪ੍ਰਦਾਨ ਕਰਦਾ ਹੈ ਜਦੋਂ ਇੱਕ ਵਿਅਕਤੀ ਵੱਖ-ਵੱਖ ਥਾਵਾਂ ਦੇ ਖਿਡਾਰੀਆਂ ਨਾਲ ਮਿਲ ਕੇ ਖੇਡਦਾ ਹੈ ਤਾਂ ਸਮਾਜਿਕ ਗਿਆਸਤਾ ਚੰਗਾ ਵਾਤਾਵਰਣ ਪੈਦਾ ਹੋ ਜਾਂਦਾ ਹੈ ਹਰੇਕ ਖਿਡਾਰੀ ਹੋਰ ਖਿਡਾਰੀਆਂ ਦੇ ਸੁਭਾਅ ਰਿਵਾਜ ਪਹਿਰਾਵਾ ਸਭਿਆਤਾ ਤੇ ਸੰਸਕ੍ਰਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦਾ ਹੈ ਕਈ ਵਾਰ ਦੂਜਿਆਂ ਦੀਆਂ ਗੱਲਾਂ ਤੇ ਗੁਣ ਗ੍ਰਹਿਣ ਕੀਤੇ ਜਾਂਦੇ ਹਨ ਇਸ ਦਾ ਅ ਮੁੱਖ ਉਦੇਸ਼ ਪ੍ਰੇਮ ਤੇ ਆਦਰ ਦੀ ਭਾਵਨਾ ਦਾ ਵਿਕਾਸ ਕਰਨਾ ਹੁੰਦਾ ਹੈ ਪ੍ਰਸ਼ਨ stai ਚੰਗਾ ਸਪੋਰਟਸਮੈਨ ਆਪਣੇ ਦੇਸ਼ ਦਾ ਰਾਜਦੂਤ ਹੁੰਦਾ ਹੈ ਦੱਸੋ ਕਿਵੇਂ ਇੱਕ ਚੰਗਾ ਸਪੋਰਟਸਮੈਨ ਅੰਤਰਰਾਸ਼ਟਰੀ ਖੇਡ ਪ੍ਰਤੀਯੋਗਤਾ ਵਿੱਚ ਆਪਣੇ ਦੇਸ਼ ਦਾ ਪ੍ਰਤੀਨਿਧੀ ਹੁੰਦਾ ਹੈ ਉਹ ਖੇਡ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦਾ ਉਹ ਆਪਣੇ ਦੇਸ਼ ਤੇ ਲਈ ਚੰਗਾ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ ਇਸ ਲਈ ਕਿ ਚੰਗਾ ਸਪੋਰਟਸਮੈਨ ਆਪਣੇ ਦੇਸ਼ ਤੇ ਲਈ ਰਾਜਦੂਤ ਹੁੰਦਾ ਹੈ ਕਾ ਪ੍ਰਸ਼ਨ 28 ਚੜਚੜੇ ਸੁਭਾਅ ਵਾਲਾ ਚੰਗਾ ਸਪੋਰਟਸਮੈਨ ਕਿਵੇਂ ਨਹੀਂ ਬਣ ਸਕਦਾ ਤੇ ਇਹ ਕੁਐਸਚਨ ਮੇਰੇ ਪਹਿਲਾਂ ਵੀ ਤੋਂ ਸਭ ਨੂੰ ਕਰਾ ਦਿੱਤਾ ਸੀ ਹੁਣ ਆਪਾਂ ਵੱਧਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਪ੍ਰਸ਼ਨ ਨੰਬਰ 29 ਨਸ਼ੇਲੀਆ ਵਸਤੂਆਂ ਕਾਰਨ ਮੈਚ ਵਿੱਚ ਹਾਰ ਕਿਵੇਂ ਹੋ ਸਕਦੀ ਹੈ ਨਸ਼ੇਲੀਆ ਵਸਤੂਆਂ ਦੇ ਕਾਰਨ ਖੇਡ ਵਿੱਚ ਖਿਡਾਰੀ ਗਲਤੀਆਂ ਕਰਦਾ ਹੈ ਵਿਰੋਧੀ ਟੀਮ ਦੀ ਚਾਲਾਂ ਨੂੰ ਨਹੀਂ ਸਮਝਦਾ ਤੇ ਖੇਡ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰਦਾ ਜਿਸ ਕਾਰਨ ਖੇਡ ਵਿੱਚ ਹਾਰ ਹੋ ਜਾਂਦੀ ਹੈ ਪ੍ਰਸ਼ਨ 38 ਨਸ਼ੇਲੀਆ ਵਸਤੂਆਂ ਦੇ ਨਾਮ ਲਿਖੋ ਸ਼ਰਾਬ ਤੰਬਾਕੂ ਅਫੀਮ ਭੰਗ ਅਸ਼ੀਮ 400 ਕੈਫੀਨ ਆਦਨਹੀਲੇ ਵਸਤੂ ਹਨ ਅੱਗੇ ਹੈ ਪ੍ਰਸ਼ਨ 31 ਤਾਂ ਇਹ ਪੰਜ ਮਾਰਕਸ ਵਾਲੇ ਪ੍ਰਸ਼ਨ ਹਨ ਸਰੀਰਿਕ ਸਿੱਖਿਆ ਦੇ ਮੁੱਖ ਉਦੇਸ਼ ਕਿਹੜੇ ਹਨ ਜਾਂ ਇਸ ਦੇ ਕੋਤੇ ਕੀ ਕਰ ਸਕਦੇ ਆ ਸਪੋਰਟਸਮੈਨਸ਼ਿਪ ਕੀ ਹੈ ਇੱਕ ਚੰਗੇ ਸਪੋਰਟਸਮੈਨ ਦੇ ਗੋਲ ਲਿਖੋ ਤੇ ਪਿਆਰੇ ਬੱਚਿਓ ਅੱਜ ਦੀ ਵੀਡੀਓ ਨਹੀਂ ਮੈ ਤੁਹਾਨੂੰ ਸਭ ਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸ ਨੂੰ ਪੋਰ ਦੇਖਣ ਲਈ ਧੰਨਵਾਦ